आ जा। ਜਬੱਲੋ ਆ ਪਿੰਡ 'ਚ ਫੇਰੀ ਮਾਰ ਆਈਏ, ਕੋਈ ਚਾਰ ਪੈਸੇ ਆਣਗੇ ਸੌਦਾ ਪੱਤਾ ਹੀ ਲੈ ਲਾਂਗੇ। ਉਹ ਬਿਆ ਕੀ ਕਰਾਂਗੇ ਫੇਰੀ ਪਾ ਕੇ, ਕੋਈ ਸਾਡੇ ਤੋਂ ਸਮਾਨ ਤਾਂ ਲੈਂਦਾ ਨਹੀਂ। ਜਦੋਂ ਪਿੰਡ ਫੇਰਾ ਪਹੁੰਚ ਜਾਈਦਾ ਦੇਖ ਕੇ ਜਨਾਨੀਆਂ ਬੂਹਾ ਭੇੜ ਲੈਂਦੀਆਂ ਨੇ। ਪਹਿਲੀਆਂ 'ਚ ਆਪਾਂ ਤੋਂ ਕਿੰਨਾ ਕਿੰਨਾ ਸਮਾਨ ਲੈ ਲੈਂਦੀਆਂ ਸੀ, ਹੁਣ ਤਾਂ ਕਹਿੰਦੀਆਂ ਬੂਹਾ ਭੇੜ ਲਓ ਉਹ ਗੱਡੀਆਂ ਵਾਲੇ ਆਉਂਦੇ ਨੇ। ਪਹਿਲਾਂ ਵਾਲੇ ਜ਼ਮਾਨੇ ਦੇ ਬਾਹਲੇ ਹੀ ਵਧੀਆ ਸੀ, ਲੋਕ ਸਮਾਨ ਵੀ ਖਰੀਦਦੇ ਸੀ ਤੇ ਰੋਟੀ ਪਾਣੀ ਵੀ ਖਰਾਂਦੇ ਸੀ ਤੇ ਲੱਸੀ ਪਾਣੀ ਵੀ ਪਿਲਾਉਂਦੇ ਸੀ, ਤੇ ਹੁਣ ਤੇ ਲੱਸੀ ਵੇਖਣ ਨੂੰ ਵੀ ਨਹੀਂ ਮਿਲਦੀ ਪਈ। ਸਹੀ ਗੱਲ ਹੈ, ਮੈਨੂੰ ਤਾਂ ਦਿਨ ਰਾਤ ਇਹੀ ਸੋਚ ਲੱਗੀ ਰਹਿੰਦੀ ਹੈ ਕਿ ਆਪਾਂ ਤਿੰਨਾਂ ਬੱਚਿਆਂ ਨੂੰ ਪਾਲਾਂਗੇ ਕਿਵੇਂ। ਤੂੰ ਫਿਕਰ ਨਾ ਕਰ ਜਮਾਲੋ, ਫਿਕਰ ਕਰਕੇ ਵੀ ਕੀ ਬਣਨਾ, ਆਪਾਂ ਨੂੰ ਕੁਛ ਨਾ ਕੁਛ ਤੇ ਕਰਨਾ ਹੀ ਪੈਣਾ। ਤੂੰ ਐਂ ਕਰ, ਹੋਰ ਤਾਂ ਆਪਣਾ ਕੋਈ ਕੰਮ ਕਰ ਚੱਲਦਾ ਨਹੀਂ, ਤੂੰ ਕਿਸੇ ਮਿਸਤਰੀ ਨਾਲ ਗੱਲ ਕਰ ਲੈ, ਦਿਹਾੜੀ ਚੱਲਿਆ ਜਾਇਆ ਕਰ। ਉਹ ਮਿਸਤਰੀ ਮੈਨੂੰ ਕਿਹੜਾ ਲੈ ਜੂਗਾ, ਉਹ ਤੇ 8-9 ਘੰਟੇ ਕੰਮ ਭਾਲਦੇ ਨੇ ਤੇ ਮੇਰੇ ਤੋਂ ਇੰਨੇ ਘੰਟੇ ਕੰਮ ਹੁੰਦਾ ਨਹੀਂ। ਰੋਟੀਆਂ ਤੇ 8-8 ਪਾੜਦਾ, ਕੰਮ ਤੇ ਤੋ 8 ਘੰਟੇ ਹੁੰਦਾ ਨਹੀਂ। ਨਾਲੇ ਮੈਂ ਵੀ ਕੋ ਕੰਮ ਕਰ ਦੇਖਦੀ ਆ, ਮੈਂ ਵੀ ਚਲੇ ਜਾਇਆ ਕਰੂੰਗੀ ਕਿਸੇ ਪਾਸੇ ਕੰਮ। ਜਮਾਲੋ ਮੈਂ ਕੀ ਕਰਾਂ, ਜਦੋਂ ਦੀ ਮੇਰੇ ਸੱਟ ਲੱਗੀ ਹੈ ਥੋੜਾ ਵੀ ਕੰਮ ਕਰਾਂ ਤੇ ਮੇਰੇ ਦਰਦ ਸ਼ੁਰੂ ਹੋ ਜਾਂਦਾ। ਜਮਾਲੋ ਸੱਟ ਨਾਲ ਤੇ ਮੇਰਾ ਸਰੀਰ ਹੀ ਕੰਡਮ ਹੋ ਗਿਆ। ਤੇਰਾ ਸਰੀਰ ਨਹੀਂ ਕੰਡਮ ਹੋਇਆ, ਤੈਨੂੰ ਵਿਹਲੇ ਬੈਠ ਕੇ ਖਾਣ ਦੀ ਆਦਤ ਪੈ ਗਈ ਏ। ਲੈ ਜਮਾਲੋ ਮੈਂ ਕਿੱਥੇ ਵਿਹਲਾ ਆ, ਮੈਂ ਤੇ ਤੇਰੇ ਨਾਲ ਰੋਜ਼ ਹੀ ਜਾਂਦਾ ਆ ਫੇਰੀ ਪਾਉਣ। ਕੀ ਫੇਰੀ ਪਾਉਣ ਜਾਂਦਾ ਮੇਰੇ ਨਾਲ, ਰੇੜਾ ਲੈ ਕੇ ਚਲੇ ਜਾਂਦਾ, ਜਾ ਕੇ ਰੇੜੇ ਦੇ ਉੱਤੇ ਸੌਂ ਜਾਂਦਾ, ਘਰ ਘਰ ਜੁੱਤੀਆਂ ਤਾਂ ਮੈਂ ਘਸਾਉਂਦੀ ਫਿਰਦੀ ਆ, ਮੰਗਦੀ ਤਾਂ ਮੈਂ ਆ, ਸਮਾਨ ਮੈਂ ਵੇਚਦੀ ਆ। ਉਹ ਮੈਂ ਤਾਂ ਨਹੀਂ ਜਾਂਦਾ, ਜਨਾਨੀਆਂ ਘਰਾਂ ਵਿੱਚ ਕੱਲੀਆਂ ਹੁੰਦੀਆਂ ਨੇ ਤੇ ਤੈਨੂੰ ਥੋੜਾ ਬਹੁਤਾ ਸਮਾਨ ਵੇਚਣ ਦਾ ਤਰੀਕਾ ਵੀ ਏ ਤੇ ਤੇਰੇ ਕੋਲੋਂ ਜਨਾਨੀਆਂ ਸਮਾਨ ਖਰੀਦ ਵੀ ਲੈਂਦੀਆਂ ਨੇ। ਤੈਨੂੰ ਸਮਾਨ ਵੇਚਣ ਦਾ ਤਰੀਕਾ ਤਾਂ ਆਵੇ ਜੇ ਤੂੰ ਮੇਰੇ ਨਾਲ ਤੁਰੇ, ਤੂੰ ਤਾਂ ਵਿਹਲਾ ਬੈਠਾ ਰਹਿੰਦਾ, ਵਿਹਲਾ ਬੈਠਣ ਦੀ ਆਦਤ ਪੈ ਗਈ ਤੈਨੂੰ। ਚੱਲ ਅੱਜ ਮੈਂ ਤੇਰੇ ਨਾਲ ਹੀ ਜਾਵਾਂਗਾ, ਬੱਚਿਆਂ ਨੂੰ ਆਪਾਂ ਗੁਲਾਬੋ ਕੋਲ ਛੱਡ ਦਾਂਗੇ, ਉਹ ਨਾਲੇ ਤੇ ਮੈਂ ਤੇਰੇ ਮਿਹਣੇ ਸੁਣਦਾ ਆ, ਉੱਥੇ ਮੈਂ ਭੁੱਖਾ ਤੇ ਆਇਆ ਬੈਠਾ ਰਹਿੰਦਾ ਤੇ ਤੂੰ ਲੋਕਾਂ ਦੇ ਘਰਾਂ ਵਿੱਚ ਲੱਸੀਆਂ ਪੀਂਦੀ ਰਹਿਣੀ ਹੈ। ਨਾ ਮੇਰੀ ਗੱਲ ਸੁਣ, ਕੌਣ ਪਿਉਂਦਾ ਅੱਜ ਕੱਲ੍ਹ ਲੱਸੀਆਂ ਤੇ ਚਾਹਾਂ, ਤੂੰ ਮੇਰੇ ਨਾਲ ਤਾਂ ਜਾ ਕੇ ਦੇਖੀ, ਜੇ ਕਿਸੇ ਨੇ ਫੋਕਾ ਪਾਣੀ ਵੀ ਪੁੱਛ ਲਿਆ ਨਾ ਤਾਂ ਮੇਰਾ ਨਾਂ ਮਿਟਾ ਦੀ, ਮੇਰਾ ਨਾਂ ਵੀ ਜਮਾਲੋ ਨਹੀਂ। ਉਹ ਕਿਸੇ ਹੋਰ ਨੂੰ ਲੱਸੀ ਚਾਹ ਮਿਲੇ ਨਾ ਮਿਲੇ, ਤੂੰ ਤਾਂ ਬਥੇਰੀਆਂ ਸਹੇਲੀਆਂ ਬਣਾ ਲਈਆਂ ਹੋਣੀਆਂ, ਤੈਨੂੰ ਤੇ ਲੱਸੀ ਲੋਕ ਪਲਾਂਦੇ ਹੀ ਹੋਣੇ ਆ। ਸਹੇਲੀਆਂ ਵਾਲੇ ਜਮਾਨੇ ਲੰਘੇ ਨਾ, ਅਰਸੇ ਬੀਤ ਗਏ, ਹੁਣ ਕਿੱਥੇ ਜਨਾਨੀਆਂ ਅੱਜ ਕੱਲ੍ਹ ਦੀਆਂ ਸਿੱਧੇ ਮੂੰਹ ਗੱਲ ਕਰਦੀਆਂ ਨੇ। ਤੈਨੂੰ ਦੱਸਿਆ ਤਾਂ ਹੈ ਦੇਖ ਕੇ ਬੂਹਾ ਭੇੜ ਲੈਂਦੀਆਂ ਨੇ ਕਿ ਗੱਡੀਆਂ ਵਾਲੇ ਆਉਂਦੇ ਨੇ। ਚੱਲ ਫਟਾਫਟ ਨਿਬੇੜ ਕੰਮ ਨੂੰ, ਆਪਾਂ ਫੇਰੀ ਪਾਉਣ ਚੱਲੀਏ। ਇੰਨੀ ਵਾਰ ਕਿਹਾ ਸੀ ਕਿਸੇ ਵਧੀਆ ਸੈਂਟਰ ਤੋਂ ਚੈੱਕ ਕਰਾ ਲੈ, ਆਹ ਮਾਰੀ ਮੇਰੇ ਮੱਥੇ ਕੁੜੀ, ਗੁਆਂਢਣ ਮਗਰ ਲੱਗ ਕੇ ਕਿਸੇ ਬੇਕਾਰ ਜਿਹੇ ਸੈਂਟਰ 'ਚ ਚਲੀ ਗਈ। ਬਾਕੀ ਸਭ ਦੇ ਟੈਸਟ ਸਹੀ ਆਏ ਨੇ, ਆਪਣਾ ਹੀ ਪਤਾ ਨਹੀਂ ਮਸ਼ੀਨ ਨੇ ਕਿਵੇਂ ਗਲਤ ਦੱਸਤਾ। ਮਸ਼ੀਨਾਂ ਨੇ ਨਹੀਂ ਗਲਤ ਦੱਸਿਆ ਹੋਣਾ, ਤੂੰ ਜਾਣ ਬੁੱਝ ਕੇ ਮੇਰੀ ਅੱਖਾਂ 'ਚ ਘੱਟਾ ਪਾਇਆ, ਉਹਨਾਂ ਨੇ ਤੈਨੂੰ ਕੁੜੀ ਦੱਸਿਆ ਹੋਣਾ, ਤੂੰ ਮੈਨੂੰ ਜਾਣ ਕੇ ਮੁੰਡਾ ਦੱਸਿਆ। ਮੈਨੂੰ ਚਾਹੇ ਕਾਹਦੀ ਮਰਜ਼ੀ ਸੌਂਹ ਖਵਾ ਲਓ, ਚਾਹੇ ਮੇਰੇ ਤੋਂ ਨੇਮ ਚੁਕਾ ਲਓ, ਮੈਨੂੰ ਤਾਂ ਡਾਕਟਰ ਨੇ ਆਪ ਕਿਹਾ ਸੀਗਾ ਵੀ ਮੁੰਡਾ ਹੀ ਹੈ, ਮੈਂ ਤਾਂ ਇਸੇ ਗੱਲ ਤੋਂ ਆਪ ਹੈਰਾਨ ਹੈ। ਹੁਣ ਐਂ ਕਰ, ਇਹਨੂੰ ਨੀਂਦ ਦੀਆਂ ਗੋਲੀਆਂ ਪਾ ਕੇ ਮਾਰ ਦੇ, ਤੈਨੂੰ ਪਤਾ ਮੈਨੂੰ ਕੁੜੀ ਸਭ ਤੋਂ ਕਿੰਨੀ ਨਫ਼ਰਤ ਹੈ, ਜਿਹੋ ਜਿਹੀ ਪਹਿਲਾਂ ਕਲੈਣੀ ਜੰਮੀ ਸੀ ਉਹੋ ਜਿਹੀ ਇਹ ਹੋਣੀ ਆ। ਹਾਏ ਹਾਏ, ਲੈ ਉਹਦੀ ਸਜ਼ਾ ਇਹਨੇ ਮਾਸੂਮ ਨੂੰ ਕਿਉਂ ਦੇਣੀ ਹੈ, ਨਾਲੇ ਕੀ ਪਤਾ ਇਸੇ ਨੇ ਵਿਚਾਰੀ ਨੇ ਆਪਣੇ ਬੁਢਾਪੇ ਦਾ ਸਹਾਰਾ ਬਣਨਾ ਹੋਵੇ। ਮੈਨੂੰ ਬੁਢਾਪੇ ਦਾ ਸਹਾਰਾ ਨਹੀਂ ਚਾਹੀਦਾ, ਜਾਇਦਾਦ ਦਾ ਵਾਰਸ ਚਾਹੀਦਾ, ਮੁੰਡਾ ਨਾ ਕਿ ਕੁੜੀ। ਮੁੰਡੇ ਕਿਹੜਾ ਹੱਟੀਆਂ ਤੇ ਵਿਕਦੇ ਨੇ, ਵੀ ਮੁੱਲ ਲਿਆਵਾਂ ਮੈਂ ਜਿਹੜੀ ਰੱਬ ਨੂੰ ਮਨਜ਼ੂਰ ਦੀ ਦਾਤ ਉਹ ਬਖਸ਼ਦੀ। ਹੁਣ ਮੈਨੂੰ ਨਹੀਂ ਚਾਹੀਦੀ ਹੈ ਤੇਰੇ ਰੱਬ ਦੀ ਦਾਤ, ਇਹ ਉਹਨੂੰ ਇਹ ਵਾਪਸ ਕਰ ਦੇ। ਹੱਦ ਕਰ ਦਿਓ, ਦੱਸ ਮੈਂ ਆਪਣੇ ਬੱਚੇ ਨੂੰ ਆਪਣੇ ਹੱਥੀ ਕਿਵੇਂ ਮਾਰਦਾ, ਮੇਰੇ 'ਚ ਇਹ ਦਿਲ ਨਹੀਂ ਹੈਗਾ ਵੀ ਮੈਂ ਆਪਣੇ ਬੱਚੇ ਨੂੰ ਆਪ ਮਾਰ ਦੇਵਾਂ।
ਮੈਨੂੰ ਫੜਾ ਜੇ ਤੇ ਇਥੋਂ ਨਹੀਂ ਮਾਰੀ ਜਾਂਦੀ ਨਹਿਰ ਚ ਸਿੱਟ ਕੇ ਆਵਾਂ ਇਸ ਕਲੈਣੀ ਨੂੰ ਸ਼ਰਮ ਕਰੋ ਮਾੜੀ ਮੋਟੀ ਸ਼ਰਮ ਇਹ ਰੱਬ ਦਾ ਰੂਪ ਹੈ ਬੱਚੀ ਇਹਨੇ ਤੁਹਾਨੂੰ ਬਸੂਣ ਦਾ ਕੀ ਮਾੜਾ ਕਰਤਾ ਜਿਵੇਂ ਉਹਨੇ ਭੱਜ ਕੇ 17 ਸਾਲ ਦੀ ਉਮਰ ਚ ਮੇਰੀ ਇੱਜ਼ਤ ਰੋਲੀ ਆ ਉਗਾ ਹੀ ਇਹ ਮੇਰੇ ਸਿਰ ਚ ਸਵਾਹ ਪਾਉਗੀ ਜੇ ਸਿਰ ਚ ਸਵਾਹ ਪਾਉਣੀ ਉਹ ਹੈ ਉਹ ਮੁੰਡਾ ਵੀ ਪਵਾ ਸਕਦਾ ਮੁੰਡਾ ਮੇਰਾ ਸਾਲਾ ਘਰੋਂ ਭੱਜ ਵੀ ਜਾਵੇ ਤਾਂ ਇੰਨੀ ਮਿੱਟੀ ਨਹੀਂ ਪੱਟੀ ਜਾਂਦੀ ਜਿੰਨੀ ਕੁ ਕੁੜੀ ਦੇ ਭੱਜਣ ਨਾਲ ਪੱਟੀ ਗਈ ਆ ਲੋਕ ਕਹਿਣਗੇ ਪਹਿਲਾਂ ਇੱਕ ਧੀ ਜੰਮੀ ਸੀ ਉਹ ਭੱਜ ਗਈ ਹੁਣ ਦੂਜੀ ਜੰਮ ਲਈ ਭਜਾਉਣ ਵਾਸਤੇ ਤੁਸੀਂ ਲੋਕਾਂ ਦੀ ਪਰਵਾਹ ਕਰਦੇ ਹੀ ਕਿਉਂ ਹੋ ਆਪਣੀ ਜ਼ਿੰਦਗੀ ਆ ਆਪਾਂ ਨੇ ਆਪਣੇ ਤਰੀਕੇ ਨਾਲ ਜਿਉਣੀ ਆ ਮੇਰਾ ਲੰਘਣਾ ਔਖਾ ਹੋਇਆ ਪਿਆ ਲੋਕ ਹੁਣ ਵੀ ਖੁੰਡਾਂ ਤੇ ਬਹਿ ਕੇ ਮੇਣੇ ਮਾਰਦੇ ਨੇ ਲੋਕਾਂ ਦਾ ਕੰਮ ਤਾਂ ਬੋਲਣਾ ਹੀ ਹੁੰਦਾ ਤੁਸੀਂ ਉਹਨਾਂ ਦੀਆਂ ਗੱਲਾਂ 'ਚ ਧਿਆਨ ਹੀ ਨਾ ਦਵੋ ਧਿਆਨ ਕਿਵੇਂ ਨਾ ਦਮਾ ਜਿਹਦਾ ਪੁਰਾਣਾ ਕਿਸੇ ਹੀ ਨਹੀਂ ਮੁੱਕਿਆ ਤੂੰ ਇੱਕ ਹੋਰ ਜੰਮ ਦੀ ਗੱਲਾਂ ਕਰਾਉਣ ਨੂੰ ਸਾਰਾ ਕੁਛ ਇਨਸਾਨਾਂ ਦੇ ਹੱਥ 'ਚ ਨਹੀਂ ਹੁੰਦਾ ਰੱਬ ਦੀ ਰਜ਼ਾ ਨਾਲ ਇਹ ਸੰਸਾਰ ਚੱਲਦਾ ਸਾਰਾ ਪਰ ਮੈਨੂੰ ਤੇਰੇ ਰੱਬ ਦੀ ਆ ਰਜ਼ਾ ਜੰਮੀ ਪਸੰਦ ਨਹੀਂ ਆਈ ਇਹ ਰਜ਼ਾ ਨਾਲੋਂ ਮੈਂ ਐਵੇਂ ਠੀਕ ਹਾਂ ਦੇਖੋ ਤੂੰ ਤਾਂ ਚਾਹੇ ਰੋ ਕੇ ਪਾਲੋ ਚਾਹੇ ਹੱਸ ਕੇ ਪਾਲੋ ਕੁੜੀ ਨੂੰ ਤਾਂ ਪਾਲਣਾ ਹੀ ਪਊਗਾ ਪਰ ਮੈਂ ਕੁੜੀ ਨਹੀਂ ਪਾਲਣੀ ਇਸ ਘਰ 'ਚ ਜੇ ਕੋਈ ਵਾਰਸ ਆਊਗਾ ਤਾਂ ਮੁੰਡਾ ਇਹ ਗੱਲ ਮੈਂ ਤੈਨੂੰ ਪਹਿਲਾਂ ਵੀ ਕਹੀ ਹੈ ਜੇ ਤੁਸੀਂ ਇੱਥੇ ਨਹੀਂ ਰੱਖਣੀ ਨਾ ਰੱਖੋ ਮੈਂ ਇਹਨੂੰ ਜਵਾਕੜੀ ਨੂੰ ਆਪਣੇ ਪੇਕੇ ਰਹਿ ਕੇ ਪਾਲ ਲੂੰਗੀ ਪਾਲ ਤਾਂ ਪੇਕੇ ਹੀ ਲੈ ਪਰ ਛੱਡ ਕੇ ਵੀ ਉੱਥੇ ਹੀ ਆਉਣਾ ਹੀ ਪਊਗੀ ਪਰ ਮੈਂ ਇਸ ਘਰ 'ਚ ਪੈਰ ਨਹੀਂ ਪੈਣ ਦੇਣਾ ਇਹਦਾ ਲਹਿ ਕੁੜੀ ਆਪਣੀ ਹੈ ਉਹ ਕਿਉਂ ਰੱਖਣਗੇ ਉੱਥੇ ਫਿਰ ਪਾਲਣਗੇ ਵੀ ਕਿਉਂ ਜਦੋਂ ਕੁੜੀ ਆਪਣੀ ਆ ਆਪਾਂ ਜੋ ਮਰਜ਼ੀ ਕਰੀਏ ਚਾਹੇ ਇਹਨੂੰ ਪਾਲੀਏ ਚਾਹੇ ਮਾਰੀਏ ਚਾਹੇ ਅਨਾਥ ਆਸ਼ਰਮ ਨੂੰ ਛੱਡ ਕੇ ਆਈਏ ਅਨਾਥ ਆਸ਼ਰਮ ਤਾਂ ਉਹ ਛੱਡ ਕੇ ਆਉਂਦੇ ਨੇ ਜਿਨ੍ਹਾਂ ਦੇ ਕੋਈ ਨਹੀਂ ਹੁੰਦਾ ਤੁਸੀਂ ਕਿਹੜੇ ਮੂੰਹ ਨਾਲ ਛੱਡ ਕੇ ਆਵੋਗੇ ਬੱਚੇ ਨੂੰ ਉੱਥੇ ਏ ਗੁਲਾਬੋ ਏ ਮੈਂ ਪਿੰਡ ਵੱਲ ਫੇਰਾ ਪਹੁੰਚ ਚੱਲੀ ਆ ਆ ਬੱਚਿਆਂ ਦਾ ਖਿਆਲ ਰੱਖੀ ਹੈ ਬੱਚਿਓ ਇੱਲਤ ਨਾ ਕਰਿਓ ਸ਼ੋਰ ਨਾ ਮਚਾਇਓ ਠੀਕ ਹੈ ਸੱਟ ਪੇਟ ਨਾ ਖਾ ਲਿਓ ਅਸੀਂ ਫੇਰੀ ਪਾ ਕੇ ਆਉਂਦੇ ਆ ਚੀਜ਼ੀ ਲੈ ਕੇ ਆਉਂਗੀ ਖਾਣ ਵਾਸਤੇ ਓ ਬਿਆ ਹਾਂ ਆ ਜਾ ਮੈਂ ਕੰਮ ਕਰਨ ਵੇੜ ਲਿਆ ਚੱਲ ਆ ਚੱਲੀਏ ਰੋਕ ਲੈ ਵੇ ਰੋਕ ਲੈ ਆ ਜਿਹੜੇ ਚਾਰ ਕੁ ਘਰ ਨੇ ਇੱਥੇ ਮੈਂ ਘੁੰਮ ਲੈਣੀ ਆ ਲੈ ਰੋਕ ਲੈ ਹੌਲੀ ਹੌਲੀ ਕਰ ਲਿਆ ਕਰ ਕੋਈ ਨਾ ਕੋਈ ਕੰਮ ਜੇ ਕੋਈ ਕਰਦਾ ਹੁੰਦਾ ਨਹੀਂ ਤੈਨੂੰ ਕੰਮ ਤਾਂ ਕੁਛ ਅੱਜ ਦਾ ਆਉਂਦਾ ਨਹੀਂ ਵਾਧੂ ਦਾ ਸਿਰ ਖਾਂਦਾ ਬੈਠ ਕੇ ਵੀ ਨਾਲ ਆ ਕੇ ਚੱਲ ਆ ਥੱਲੇ ਚੱਕ ਸਮਾਨ ਆ ਜਾ ਜਿਹੜੇ ਆ ਦੋ ਚਾਰ ਘਰ ਨੇ ਘੁੰਮ ਲੈਣੀ ਆ ਇਧਰੋਂ ਗੜਾ ਮਕਾਡੇ ਇਧਰੋਂ ਆ ਘੁੰਮ ਕੇ ਉਧਰ ਅੱਗੇ ਬਲ ਦਖੜਾ ਤੱਕਲੇ ਲੈ ਖੁਰਚਣੇ ਲੈ ਇੱਥੇ ਆਵਾਜ਼ ਮਾਰ ਕੇ ਦੇਖਦੀ ਆ ਤੱਕਲੇ ਲੈ ਖੁਰਚਣੇ ਲੈ ਪੀਪਿਆਂ ਨੂੰ ਢੱਕਣ ਲਵਾ ਨੀ ਸਦਾਰਨੀਏ ਲੈ ਦੇਖ ਲੈ ਕੋਈ ਨੀ ਸੁਣਦਾ ਉਹ ਚੱਲ ਘਬਰਾਇਆ ਨਾ ਕਰ ਲੋਕਾਂ ਦੇ ਘਰਾਂ 'ਚ ਅੰਦਰ ਜਾ ਕੇ ਪੁੱਛ ਲੈ ਇਹ ਕੁਛ ਤਾਂ ਗੇਜੇ ਦੇ ਅੱਬਾ ਮੈਂ ਰੋਜ਼ ਕਰਦੀ ਆ ਲੋਕਾਂ ਦੇ ਘਰਾਂ 'ਚ ਜਾ ਕੇ ਤਾਂ ਮੇਰੀਆਂ ਜੁੱਤੀਆਂ ਘਸ ਗਈਆਂ ਦੇਖ ਲੈ ਵੀਹ ਹੋ ਕੇ ਦੇਤੇ ਕਿਸੇ ਨੇ ਬਾਰ ਨਹੀਂ ਖੋਲਿਆ ਆ ਜਾ ਅੱਗੇ ਜਾ ਕੇ ਦੇਖਦੇ ਆ ਚੱਲ ਆ ਘਰ 'ਚ ਦੇਖਦੇ ਆ ਆ ਦੇਖ ਲੈ ਪਾਣੀ ਕਿਵੇਂ ਆਵਾ ਗੌਣ ਡੋਲੀ ਜਾਂਦੇ ਆ ਐ ਨਾ ਖੜਕਾ ਕਿਸੇ ਨੇ ਤੇਰਾ ਸਿਰ ਪਾੜ ਦੇਣਾ ਹੋਈ ਆਵਾਜ਼ ਮਾਰ ਵੇ ਸਰਦਾਰਾ ਹਾਂਜੀ ਵੇ ਕੋ ਤੱਕਲਾ ਕੋ ਖਰਚਣਾ ਕੋਈ ਲੈ ਲੈ ਨਾ ਜੀ ਨਾ ਕੁਛ ਨਹੀਂ ਲੈ ਵੇ ਲੈ ਲੈ ਹਾਂਜੀ ਦੋ ਪੈਸੇ ਬਟਾ ਦੇ ਗਰੀਬਣੀ ਦੇ ਚੱਲ ਆ ਦੇਖ ਲੈ ਉਹ ਜਮਾਨੋ ਹੁਣ ਪਲਾਸਟਿਕ ਦਾ ਜਮਾਨਾ ਹੈ ਲੋਹੇ ਨੂੰ ਕੌਣ ਪੁੱਛਦਾ ਕੰਮ ਬਦਲ ਲਈਏ ਕੋਈ ਚਿਮਟੇ ਲੈ ਤੱਕਲੇ ਲੈ
ਪੀਪਿਆਂ ਨੂੰ ਟੱਕਣ ਲਵਾ। ਲੈ ਦੇਖ ਲੈ, ਕੋਈ ਨਹੀਂ ਸੁਣਦਾ। ਉਹ ਚੱਲ ਕੋਈ ਨਹੀਂ, ਮੈਂ ਇੱਥੇ ਖੜਦਾ, ਤੂੰ ਅੰਦਰ ਜਾ ਕੇ ਆਵਾਜ਼ ਮਾਰ ਲੈ। ਵੇ ਸਰਦਾਰਾ, ਸਰਦਾਰਨੀਏ, ਕੋਈ ਚਿਮਟਾ ਫੂਕ ਨਾ ਲੈ ਲੈ। ਏ ਸਰਦਾਰਨੀਏ, ਅਸੀਂ ਕੁਛ ਨਹੀਂ ਲੈਣਾ, ਆ ਜਾਂਦੇ ਦਿਮਾਗ ਖਾਣ ਤੁਰਦੇ ਲੱਗੋ ਇੱਥੋਂ। ਆ ਦੇਖ ਲੈ, ਮੈਨੂੰ ਕਹਿੰਦਾ ਸੀ ਬਥੇਰੀਆਂ ਸਹੇਲੀਆਂ ਬਣਾ ਛੱਡੀਆਂ ਸੂ, ਅਸੀਂ ਲੱਸੀਆਂ ਤੇ ਚਾਹਾਂ ਪੀਂਦੀਆਂ, ਆ ਲੱਸੀਆਂ ਮਿਲਦੀਆਂ ਸਰਦਾਰਾਂ ਦੇ ਘਰੋਂ। ਜਵਾਲੋ, ਤੇਰੀ ਗੱਲ ਬਿਲਕੁਲ ਸਹੀ ਹੈ, ਇਹ ਤੇ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ ਲੋਕ। ਉਹ ਤੁਸੀਂ ਜਾਣਦੇ ਹੋ ਕਿ ਨਹੀਂ, ਲਾਹਾਂ ਜੁੱਤੀ ਕਿਸੇ ਹੋਰ ਦਾ ਗੁੱਸਾ ਤੁਹਾਡੇ ਤੇ ਨਾ ਲੈ ਜੇ, ਮੈਂ ਪਹਿਲਾਂ ਹੀ ਬਹੁਤ ਅੱਕਿਆ ਪਿਆ। ਬੇ ਗੁੱਸਾ ਕਿਉਂ ਕਰਦਾ ਸਰਦਾਰਾ, ਮੈਨੂੰ ਲੱਗਦਾ ਤੇਰੇ ਘਰ ਤਾਂ ਖੁਸ਼ੀਆਂ ਆਈਆਂ ਹੋਈਆਂ ਨੇ, ਪੋਤਾ ਹੋਇਆ ਕਿ ਦੋਤਾ। ਤੁਸੀਂ ਅੰਬ ਲੈਣੇ ਨੇ, ਚੁੱਪ ਕਰਕੇ ਤੁਰ ਜਾਓ। ਲੈ ਐ ਕਿਵੇਂ ਜਾਈਏ ਖਾਲੀ ਹੱਥ, ਹੁਣ ਤਾਂ ਸੁੱਖ ਨਾਲ ਵਧਾਈ ਲੈ ਕੇ ਜਾਵਾਂਗੇ। ਦੇ ਕੋਈ ਪੰਜੀ ਦੱਸੀ। ਕਿਉਂ ਜਿੱਦ ਕਰਦੇ ਹੋ, ਚਲੇ ਜਾਓ ਇੱਥੋਂ, ਸਾਡੇ ਘਰੇ ਤਾਂ ਪਹਿਲਾਂ ਹੀ ਬਥੇਰਾ ਕਲੇਸ਼ ਪਿਆ ਹੋਇਆ। ਲੜਾਈ ਝਗੜੇ ਸਰਦਾਰ ਨਹੀਂ ਹੈ, ਕੀ ਦੇ ਘਰ ਨਹੀਂ ਹੁੰਦੇ, ਸਾਡੇ ਘਰ ਤਾਂ ਦਿਨ ਰਾਤ ਲੜਾਈ ਝਗੜੇ ਹੁੰਦੇ ਰਹਿੰਦੇ ਨੇ, ਐ ਤਾਂ ਅਸੀਂ ਲੜ ਲੜ ਕੇ ਮਰ ਜਾਈਏ। ਲਿਆ ਦੇ ਵਧਾਈ। ਤੇਰੇ ਕੋਲ ਜਵਾਕ ਕੀ ਹੈ? ਮੇਰੇ ਤਾਂ ਸਰਦਾਰ ਨਹੀਂ ਹੈ, ਸੁੱਖ ਨਾਲ ਤਿੰਨ ਮੁੰਡੇ ਨੇ। ਕੁੜੀ ਨਹੀਂ ਹੈਗੀ ਕੋਈ? ਨਾ ਨਾ, ਧੀ ਕੋਈ ਨਹੀਂ ਹੈਗੀ। ਆ ਦੇਖ ਲੈ, ਤੇਰੇ ਨਾਲ ਤਾਂ ਗੱਡੀਆਂ ਵਾਲੀ ਸਮਝਦਾਰ ਹੈ, ਕੁੜੀ ਨਹੀਂ ਜੰਮੀ, ਮੁੰਡੇ ਜੰਮੇ ਹੋਏ ਨੇ ਤਿੰਨੋਂ ਦੇ। ਸਰਦਾਰਾ, ਧੀਆਂ ਪੁੱਤਾਂ ਜੰਮਣੇ ਕਿਹੜਾ ਆਪਣੇ ਹੱਥ ਵਸ ਨੇ, ਇਹ ਤਾਂ ਉਸ ਰੱਬ ਦੇ ਹੱਥ ਨੇ, ਜੇ ਤੈਨੂੰ ਧੀ ਦਿੱਤੀ ਹੈ ਤੇ ਰੱਬ ਪੁੱਤ ਵੀ ਦੇਗਾ। ਉਹ ਮੇਰਾ ਮਨ ਪਹਿਲਾਂ ਹੀ ਬਹੁਤ ਦੁਖੀ ਆ, ਰੱਬ ਦਾ ਵਾਸਤਾ, ਤੁਸੀਂ ਚਲੇ ਜਾਓ। ਉਹ ਜੇ ਸਰਦਾਰ ਜੀ ਕੋਈ ਸਮਾਨ ਨਹੀਂ ਲੈਣਾ ਤੇ ਰੋਟੀ ਖਵਾ ਛੱਡ, ਕੋਈ ਲੱਸੀ ਪਿਲਾ ਦੇ। ਹੋਰ ਉਹ ਤੁਹਾਨੂੰ ਇੱਥੋਂ ਕੁਛ ਨਹੀਂ ਮਿਲਣਾ, ਚੁੱਪ ਕਰਕੇ ਜਾਓ, ਨਹੀਂ ਖੜੇ ਰਹੋ। ਚੱਲ ਗਏ ਜੇ ਦੇ ਅੱਬਾ, ਅੱਗੇ ਜਾ ਕੇ ਦੇਖਦੇ ਆ, ਰੱਬ ਇਹਨਾਂ ਦਾ ਭਲਾ ਕਰੇ, ਕਿਸੇ ਹੋਰ ਘਰ ਰੋਟੀ ਮੰਗ ਕੇ ਖਾਣੇ ਆ। ਚੱਲ ਠੀਕ ਹੈ ਫਿਰ, ਇਹ ਤਾਂ ਉਹੀ ਬਹੁਤ ਗੁੱਸੇ ਵਿੱਚ ਲੱਗਦੇ ਨੇ। ਚੱਲ ਕੋਈ ਨਹੀਂ ਕੋਈ ਨਹੀਂ। ਟੱਕਣੇ ਲੈ, ਖੁਰਚਣੇ ਲੈ, ਪੀਪਿਆਂ ਨੂੰ ਟੱਕਣ ਲਵਾ। ਕੋਈ ਨਹੀਂ ਬੋਲਦਾ। ਲੈ ਮੇਰਾ ਪੁੱਤ, ਤੂੰ ਪੈ ਜਾ ਇੱਥੇ, ਮੈਂ ਨਾ ਆਇਆ ਵਾਂ। ਜਿਹਨੂੰ ਮੈਂ ਨਾਥ ਆਸਮ 'ਚ ਛੱਡ ਕੇ ਆਊਂਗਾ ਤਾਂ ਉਹ ਕਹਿਣਗੇ ਤੂੰ ਚੰਗਾ ਭਲਾ, ਤੂੰ ਉਹਨੂੰ ਪਾਲ ਨਹੀਂ ਸਕਦਾ, ਮੈਂ ਇਹਨੂੰ ਨਹਿਰ 'ਚ ਸਿੱਟਿਆ ਹੋਣਾ। ਯਾਰ ਨਹਿਰ ਵੀ ਬਹੁਤ ਦੂਰ ਆ, ਮੈਂ ਇਹ ਕਰਦਾ ਮੈਂ ਇਹਨੂੰ ਨਾਲੇ 'ਚ ਸਿੱਟਿਆ ਹੋਣਾ, ਇਹਨੂੰ ਕੌਂ ਕੁੱਤੇ ਖਾ ਜਾਣਗੇ ਇਸ ਕਲੈਣੀ ਨੂੰ। ਇਹਨੇ ਕਿਤੇ ਕੁੜੀ ਮਾਰਤਾ ਨੀ ਦਿੱਤੀ? ਕੀ ਪਤਾ ਹੁਣ। ਚੱਲ ਆਪਾਂ ਦੇਖ ਕੇ ਆਉਂਦੇ ਆ। ਚੱਲ ਛੱਡ, ਤੈਂ ਦੇਖ ਕੇ ਕੀ ਕਰਨਾ, ਜੇ ਕਿਸੇ ਨੇ ਸਾਨੂੰ ਲੋਕਾਂ ਨੇ ਦੇਖ ਲਿਆ ਤੇ ਉਹ ਕਹਿਣਗੇ ਪਤਾ ਨਹੀਂ ਇਹੀ ਕੁੜੀ ਮਾਰ ਕੇ ਸਿੱਟ ਗਏ ਨੇ, ਤੇ ਆਪਾਂ ਐਵੇਂ ਹੀ ਘੜੀਸੇ ਜਾਵਾਂਗੇ। ਉਹ ਚੁੱਪ ਤਾਂ ਕਰ ਤੂੰ, ਇੱਕ ਵਾਰੀ ਦੇਖ ਤਾਂ ਲੈਣ ਦੇ, ਕਿਸੇ ਦੀ ਜਾਨ ਬਚਾਉਣਾ ਚੰਗੀ ਗੱਲ ਹੁੰਦੀ ਹੈ। ਆ ਦੇਖ ਲੈ, ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਸੂ, ਮੈਨੂੰ ਲੱਗਦਾ ਕੁੜੀ ਜਿਉਂਦੀ ਹੈ, ਜਿਉਂਦੀ ਨੂੰ ਸੁੱਟ ਕੇ ਗਿਆ। ਹਾਂ, ਬੱਚੇ ਦੀ ਆਵਾਜ਼ ਤੇ ਆ ਰਹੀ ਹੈ, ਪਰ ਇਹ ਸੁੱਟ ਕੇ ਕਿਉਂ ਗਿਆ? ਇਹ ਮੁੰਡੇ ਪਾਲਦੇ ਨੇ, ਕੁੜੀਆਂ ਪਾਲਣ ਦੇ ਮਾਰੇ ਸੁੱਟ ਗਏ ਸੂ। ਇਹ ਕਾਹਦੇ ਸਰਦਾਰ ਨੇ, ਇਹਨਾਂ ਨਾਲੋਂ ਤਾਂ ਜਾਨਵਰ ਵੀ ਚੰਗੇ ਨੇ, ਜਿਹੜੇ ਆਪਣੇ ਮੂੰਹ 'ਚ ਰੋਟੀ ਦੀ ਬੁਰਕੀ ਕੱਢ ਕੇ ਆਪਣੇ ਛੋਟੇ ਛੋਟੇ ਵੋਟਾਂ ਦੇ ਮੂੰਹ 'ਚ ਪਾਉਂਦੇ ਨੇ, ਤੇ ਇਹ ਫੋਕਰੇ ਕਿਸੇ ਥਾਂ ਦੇ। ਉਹ ਆਪਾਂ ਫਿਰ ਐਵੇਂ ਕਰਦੇ ਆ, ਜਾ ਕੇ ਪਿੰਡ ਦੇ ਸਰਪੰਚ ਨੂੰ ਤਲਾਹ ਕਰਦੇ ਆ। ਸਰਪੰਚ ਨੇ ਕੀ ਕਰਨਾ ਸੂ, ਸਰਪੰਚ ਨੇ ਤਾਂ ਸਾਰਾ ਇਕੱਠ ਕਰਕੇ ਜਵਾਕ ਫੇਰ ਇਹਨਾਂ ਦੇ ਪੱਲੇ ਵਿੱਚ ਪਾ ਦੇਣਾ, ਤੇ ਇਹਨਾਂ ਨੇ ਫਿਰ ਕੁੜੀ ਨੂੰ ਮਾਰ ਦੇਣਾ। ਕਿਉਂ ਤੂੰ ਬਾਜੀਆਂ ਗੱਲਾਂ ਕਰੀ ਜਾਂਦਾ, ਬੋਲਾ ਹੋ ਗਿਆ ਕਿਆ? ਚੱਲ ਆਪਾਂ ਕੁੜੀ ਜਾ ਕੇ ਦੇਖਦੇ ਆ। ਉਹ ਜਮਾਲੋ ਛੱਡ, ਆਪਾਂ ਕੁੜੀ ਨੂੰ ਇੱਥੇ ਹੀ ਛੱਡ ਚੱਲਦੇ ਆ।
ਤੂੰ ਚੁੱਪ ਕਰ, ਬਹੁਤੀਆਂ ਗੱਲਾਂ ਨਾ ਕਰ। ਰੇੜਾ ਇੱਥੇ ਸਾਈਡ ਤੇ ਲਾ ਤੇ ਆਪਾਂ ਕੁੜੀ ਨੂੰ ਜਾ ਕੇ ਦੇਖਦੇ ਆ। ਚੱਲ ਆ ਜਾ। ਚੱਲ ਫਿਰ ਆ, ਪਹਿਲਾਂ ਕੁੜੀ ਦੇਖਦੇ ਆ। ਤੂੰ ਤਾਂ ਉਹੀ ਗੱਲਾਂ ਕਰਦਾ ਸੂ, ਕਦੀ ਸਰਪੰਚ ਨੂੰ ਦੱਸ, ਕਦੀ ਪੁਲਿਸ ਨੂੰ ਦੱਸ। ਦੇਖਦਾ ਸੀ ਕਿੰਨੀ ਪਿਆਰੀ ਬੱਚੀ ਹੈ, ਆਪਣੇ ਕਿਹੜਾ ਧੀ ਨੇ, ਤਿੰਨ ਮੁੰਡੇ ਮੁੰਡੇ ਨੇ। ਮੈਂ ਤਾਂ ਕਹਿੰਦੀ ਆਪਾਂ ਆਪਣੇ ਘਰੇ ਲੈ ਚੱਲਦੇ ਨੇ ਜਵਾਕੜੀ ਨੂੰ। ਜਮਾਲੋ ਬੱਚੇ ਦੇ ਆਪਣੇ ਤਿੰਨ ਹੈਗੇ ਨੇ, ਆਪਣੇ ਕੋਲੋਂ ਤੇ ਉਹਨਾਂ ਨੂੰ ਵੀ ਖਵਾ ਨਹੀਂ ਹੁੰਦਾ, ਤੇ ਇਹਨੂੰ ਫਿਰ ਕੌਣ ਪਾਲੇਗਾ। ਜਿਵੇਂ ਦੀ ਰੁੱਖੀ ਮਿੱਸੀ ਮੇਰੇ ਦੂਜੇ ਮੁੰਡੇ ਖਾਈ ਜਾਂਦੇ ਸੂ, ਉਵੇਂ ਦੀ ਇਹ ਵਿਚਾਰੀ ਖਾ ਲੂਗੀ। ਇਹਨੇ ਕਿੰਨਾ ਕੁ ਖਾਣਾ ਸੂ, ਨਿੱਕੀ ਜੀ ਤਾਂ ਇਹਦੀ ਟਿੱਡੜੀ ਹੈ। ਜਮਾਲੋ, ਜਦੋਂ ਇਹ ਸਰਦਾਰ ਨਹੀਂ ਇਸ ਕੁੜੀ ਨੂੰ ਪਾਲ ਸਕੇ, ਤੇ ਆਪਾਂ ਇਸ ਕੁੜੀ ਨੂੰ ਕਿੱਥੇ ਪਾਲਾਂਗੇ। ਜਮਾਲੋ, ਆਪਾਂ ਤੇ ਗੱਡੀਆਂ ਵਾਲੇ ਆ, ਆਪਾਂ ਨੂੰ ਤੇ ਹੋਰ ਕੋਈ ਕਮਾਈ ਵੀ ਹੈ ਨਹੀਂ, ਆਪਾਂ ਤੇ ਗਰੀਬ ਬੰਦੇ ਆ। ਮੇਰੀ ਗੱਲ ਸੁਣ ਲੈ ਕੰਨ ਖੋਲ ਕੇ, ਆਪਾਂ ਗਰੀਬ ਜ਼ਰੂਰ ਹੈ ਪਰ ਜਮਾਲੋ ਦਾ ਦਿਲ ਉਹ ਸਰਦਾਰਾਂ ਨਾਲੋਂ ਕਿਤੇ ਵੱਡਾ ਹੈ। ਜਮਾਲੋ, ਤੂੰ ਮੇਰੀ ਗੱਲ ਮੰਨ, ਆਪਾਂ ਦੇ ਗੱਲ ਕਿਉਂ ਮੁਸੀਬਤ ਪਾਉਣ ਨੂੰ ਫਿਰਦੀ ਏ, ਆਪਾਂ ਦੇ ਪਹਿਲਾਂ ਹੀ ਗਰੀਬ ਬੰਦੇ ਆ। ਗੇਜੇ ਦੇ ਅੱਬਾ ਤੂੰ ਚੁੱਪ ਕਰ, ਇਹ ਮੈਂ ਧੀ ਧਿਆਣੀ ਨੂੰ ਆਪੇ ਪਾਲ ਲੈਣਾ, ਚਾਹੇ ਮੈਨੂੰ ਦਿਹਾੜੀਆਂ ਨਾ ਕਰਨੀਆਂ ਪੈਣ। ਕੀ ਪਤਾ ਇਹਦੇ ਆਉਣ ਨਾਲ ਆਪਣੀ ਸਾਰਿਆਂ ਦੀ ਕਿਸਮਤ ਹੀ ਚਮਕ ਜਾਵੇ। ਮੈਂ ਰੱਬ ਦੇ ਜੀ ਨੂੰ ਮਰਨ ਵਾਸਤੇ ਨਹੀਂ ਛੱਡ ਸਕਦੀ। ਜਮਾਲੋ, ਇੱਕ ਗੱਲ ਮੇਰੀ ਫੇਰ ਸੁਣ ਲੈ, ਕਿਤੇ ਸਾਨੂੰ ਫੇਰ ਨਾ ਇਹਨੂੰ ਇੱਥੇ ਸੁੱਟ ਕੇ ਜਾਣਾ ਪਵੇ, ਤੇ ਆਪਾਂ ਗਰੀਬ ਬੰਦੇ ਆ, ਇਹਨੂੰ ਪਾਲਣਾ ਬੜਾ ਔਖਾ ਹੈ। ਜਮਾਲੋ ਇੰਨੀ ਕੁ ਤਾਂ ਹਿੰਮਤ ਰੱਖਦੀ ਹੈ ਕਿ ਕੁੜੀ ਨੂੰ ਭੁੱਖਿਆ ਨਹੀਂ ਮਾਰਨ ਦਿੰਦੀ। ਮੈਂ ਤੈਨੂੰ ਇੱਕ ਵਾਰੀ ਦੱਸਦਾ ਸੂ, ਮੈਂ ਤਾਂ ਇਹਨੂੰ ਨਾਲ ਹੀ ਲੈ ਕੇ ਜਾਊਂਗੀ। ਤੇਰਾ ਤੇ ਦਿਮਾਗ ਖਰਾਬ ਹੋ ਗਿਆ ਜਮਾਲੋ, ਜਦੋਂ ਇਹਨੂੰ ਜੰਮਣ ਵਾਲੇ ਦੇ ਸਕੇ ਨਹੀਂ ਬਣੇ, ਤੇ ਤੇਰੀ ਕਿੱਥੋਂ ਇਹ ਸੱਕੀ ਲੱਗਦੀ ਹੈ। ਐਵੇਂ ਹੀ ਨਾ ਤੂੰ ਜਿੱਦ ਕਰ। ਜਿੱਦ ਮੈਂ ਨਹੀਂ ਕਰਦੀ, ਤੂੰ ਕਰਦਾ ਗੇਜੇ ਦੇ ਬਾਪੂ। ਆ ਦੇਖ ਲੈ ਮੇਰੇ ਸੀਨੇ ਨਾਲ ਲੱਗ ਕੇ ਕਿਵੇਂ ਚੁੱਪ ਕਰ ਗਈ ਹੈ, ਜਿਵੇਂ ਮੈਂ ਇਹਦੀ ਸਗੀ ਮਾਂ ਹੋਵਾਂ। ਜਮਾਲੋ, ਮੇਰੀ ਇੱਕ ਗੱਲ ਸੁਣ, ਆਪਾਂ ਆਪਣੇ ਕਬੀਲੇ 'ਚ ਕੀ ਜਵਾਬ ਦੇਵਾਂਗੇ? ਲੋਕੀ ਕਹਿਣਗੇ ਕਿੱਥੋਂ ਲੈ ਕੇ ਆਏ ਹੋ ਇਹਨੂੰ। ਆਪਾਂ ਕਿਹੜਾ ਇਹਨੂੰ ਚੋਰੀ ਕਰਕੇ ਲੈ ਕੇ ਚੱਲੇ ਹਾਂ, ਸੱਚ ਹੈ ਜੋ ਸੱਚ ਹੀ ਰਹਿੰਦਾ ਹੁੰਦਾ। ਜੇ ਕੋਈ ਪੁੱਛੂਗਾ ਆਪਾਂ ਦੱਸ ਦਾਂਗੇ। ਜਦੋਂ ਤੂੰ ਲੋਕਾਂ ਨੂੰ ਦੱਸੇਂਗੀ ਤੇ ਉਹ ਇਹੀ ਕਹਿਣਗੇ ਜਦੋਂ ਸਰਦਾਰ ਸਿੱਟ ਕੇ ਚਲੇ ਗਏ ਨੇ ਤੇ ਤੁਸੀਂ ਕਿਉਂ ਚੱਕ ਲਿਆਏ ਹੋ। ਇਹ ਕੁੜੀ ਨੂੰ ਰੋਟੀ ਕਬੀਲੇ ਵਾਲਿਆਂ ਨੇ ਨਹੀਂ ਦੇਣੀ ਸੂ, ਆਪਾਂ ਨੇ ਦੇਣੀ ਸੂ। ਨਾਲੇ ਤੂੰ ਇਹ ਦੱਸ ਕੇ ਤੇਰਾ ਦਿਲ ਮੰਨਦਾ ਇਹਨੂੰ ਨੰਨੀ ਜੇ ਜਾਨ ਨੂੰ ਇੱਥੇ ਦੁਬਾਰਾ ਸਿੱਟਣ ਨੂੰ? ਦੇਖ ਕਿਵੇਂ ਭੁੱਖ ਨਾਲ ਤੜਫ ਰਹੀ ਹੈ। ਜਮਾਲੋ, ਦਿਲ ਤਾਂ ਨਹੀਂ ਮੰਨਦਾ, ਆਪਾਂ ਇਹਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਹਾਂ, ਉਹ ਆਪੇ ਹੀ ਕਿਸੇ ਬੇਸਹਾਰਾ ਜਾਂ ਕਿਸੇ ਆਸ਼ਰਮ 'ਚ ਛੱਡ ਦੇਣਗੇ। ਮੇਰੀ ਗੱਲ ਸੁਣ ਲੈ, ਹੁਣ ਤਾਂ ਕੁੜੀ ਬਹੁਤ ਭੁੱਖੀ ਹੈ, ਇਹਨੂੰ 2-4 ਦਿਨ ਰੱਖਾਂਗੇ, ਦੁੱਧ ਦੱਧ ਪਿਆਵਾਂਗੇ, ਫਿਰ ਪੁਲਿਸ ਦੇ ਹਵਾਲੇ ਕਰ ਦਾਂਗੇ। ਮੇਰਾ ਮਨ ਕਹਿੰਦਾ ਵੀ ਤੂੰ ਇਹਨੂੰ ਰੱਖਣਾ ਚਾਹੁੰਦੀ ਹੈ ਤੇ ਪੁਲਿਸ ਦੇ ਹਵਾਲੇ ਨਹੀਂ ਕਰਨੀ ਚਾਹੁੰਦੀ। ਚੱਲ ਫਿਰ ਤੂੰ ਉਹਨੂੰ ਰੱਖ ਲੈ ਤੇ ਪਾਲ ਲੈ, ਤੇ ਫਿਰ ਰੱਬ ਰੱਖਾ। ਆ ਜਾ, ਫਿਰ ਬਹੁਤੀਆਂ ਗੱਲਾਂ ਕਿਉਂ ਕਰਦਾ ਸੂ, ਆ ਜਾ ਪਿੱਛੇ ਪਿੱਛੇ। ਚੱਲ ਤੁਰ। ਸੱਚੀ ਸੱਚੀ ਦੱਸ ਦੇ ਮੇਰੀ ਧੀ ਕਿੱਥੇ ਹੈ, ਨਹੀਂ ਤਾਂ ਮੈਂ ਤੇਰਾ ਸਾਰਾ ਪਿੰਡ 'ਚ ਜਲੂਸ ਕੱਢ ਦੇਣਾ। ਮੈਨੂੰ ਕੀ ਪਤਾ, ਮੈਂ ਤਾਂ ਬਾਹਰੋਂ ਆਇਆ, ਤੂੰ ਤਾਂ ਆਪ ਲਾਡ ਲੜਾ ਰਹੀ ਸੀ ਉਹਦੇ ਨਾਲ। ਮੈਂ ਤਾਂ ਉਹਨੂੰ ਸਵਾ ਕੇ ਨਹਾਉਣ ਚਲੀ ਗਈ, ਮੈਨੂੰ ਕੀ ਪਤਾ ਕਿ ਮੁੜ ਕੇ ਮੈਨੂੰ ਉਹਨੂੰ ਮਿਲਣਾ ਹੀ ਨਹੀਂ ਹੈ। ਕਮਾਲ ਹੋ ਗਈ ਯਾਰ, ਘਰੋਂ ਕੁੜੀ ਕਿਵੇਂ ਗਾਇਬ ਹੋ ਗਈ? ਗਾਇਬ ਹੋਈ ਨਹੀਂ ਕੁੜੀ, ਗਾਇਬ ਤੁਸੀਂ ਕਰਵਾਈ ਹੈ। ਮੈਂ ਕਰਦੀ ਹਾਂ ਪੁਲਿਸ ਨੂੰ ਫੋਨ ਵੀ ਮੇਰੀ ਧੀ ਲੱਭ ਕੇ ਦਵੋ, ਪੁਲਿਸ ਨੇ ਆਪੇ ਕਢਵਾ ਕੇ ਦੇਣੀ ਹੈ ਮੇਰੀ ਧੀ। ਮੈਂ ਚੱਲ ਕੋਈ ਨੀ, ਮੈਂ ਥਾਣੇ ਚੱਲੀ ਆ ਰਿਪੋਰਟ ਕਰਵਾਉਣ। ਅੱਛਾ, ਆਪਣੇ ਆਪ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ, ਪਤਾ ਨੀ ਮੇਰੀ ਜਵਾਕੜੀ ਕਿੱਥੇ ਰੋਂਦੀ ਫਿਰਦੀ ਹੈ। ਕਿਉਂ ਜਲੂਸ ਕੱਢਣ ਨੂੰ ਫਿਰਦੀ ਆ? ਆ ਕੁੜੀ ਨੂੰ ਮੈਂ ਲੈ ਕੇ ਗਿਆ ਘਰੋਂ, ਮੈਂ ਬਹੁਤ ਅਮੀਰ ਬੰਦਿਆਂ ਨੂੰ ਗੋਦ ਦੇ ਕੇ ਆਇਆ, ਉਹਨਾਂ ਨੂੰ ਬੱਚੇ ਦੀ ਬਹੁਤ ਲੋੜ ਸੀ, ਪਰਿਵਾਰ ਬਾਹਰੋਂ ਆਇਆ ਹੋਇਆ। ਜਿਹਨੂੰ ਵੀ ਦੇ ਕੇ ਆਇਆ ਮੇਰੀ ਧੀ ਮੈਨੂੰ ਵਾਪਸ ਲਿਆ ਦੇ, ਮੈਨੂੰ ਨਹੀਂ ਪਤਾ ਕੋਈ ਅਮੀਰ ਹੈ ਚਾਹੇ ਗਰੀਬ ਹੈ, ਪਰ ਮੇਰੀ ਧੀ ਮੈਨੂੰ ਚਾਹੀਦੀ ਹੈ। ਹੁਣ ਤਾਂ ਤੂੰ ਉਹਨੂੰ ਭੁੱਲ ਗਿਆ, ਹੁਣ ਨਹੀਂ ਉਹ ਮਿਲਦੀ, ਹੁਣ ਤਾਂ ਉਹ ਕੈਨੇਡਾ ਚਲੇ ਗਏ ਉਹਨੂੰ ਲੈ ਕੇ ਬਾਹਰ। ਐ ਕਿਸੇ ਦੇ ਜਵਾਕ ਨੂੰ ਕੋਈ ਕਿਵੇਂ ਲੈ ਕੇ ਜਾ ਸਕਦਾ ਹੈ, ਕਿਤੇ ਵੀ ਹੈ
ਜਿੱਥੇ ਵੀ ਦਿੱਤੀ ਹੈ ਮੇਰੀ ਧੀ ਮੈਨੂੰ ਵਾਪਸ ਲਿਆ ਦਿਓ, ਮੇਰੀ ਬੱਚੀ ਮੈਨੂੰ ਚਾਹੀਦੀ ਹੈ। ਪੇਪਰ ਸਾਈਨ ਕਰਕੇ ਦਿੱਤੀ ਹੈ ਮੈਂ ਉਹਨਾਂ ਨੂੰ ਗੋਦ, ਉਹਦਾ ਸਾਰੇ ਕਾਗਜ਼ ਤਿਆਰ ਕਰਕੇ ਉਹ ਤਾਂ ਲੈ ਕੇ ਜਹਾਜ਼ ਚੜ੍ਹ ਕੇ ਚਲੇ ਗਏ। ਤੂੰ ਨਾ ਐਵੇਂ ਨਹੀਂ ਮੰਨਦਾ, ਮੈਨੂੰ ਲੱਗਦਾ ਤੇਰੇ ਪੁਲਿਸ ਤੋਂ ਪਟਾ ਫਰਾਉਣਾ ਹੀ ਪਊਗਾ। ਕੀ ਕੁੜੀ ਕੁੜੀ ਲਾਇਆ, ਮੈਂ ਕਦੋਂ ਦਾ ਸੁਣ ਰਿਹਾ, ਜੇ ਮੇਰੇ ਘਰੇ ਰਹਿਣਾ ਤਾਂ ਚੁੱਪ ਚਾਪ ਰਹੀ ਜਾ, ਮੈਨੂੰ ਇੱਥੇ ਕੋਈ ਕੁੜੀ ਨਹੀਂ ਚਾਹੀਦੀ। ਮੈਨੂੰ ਮੇਰੀ ਧੀ ਲਿਆ ਦੇ, ਮੈਂ ਆਪਣੀ ਬੱਚੀ ਨੂੰ ਗੁਰਦੁਆਰੇ ਰਹਿ ਕੇ ਪਾਲ ਲੂੰ, ਪਰ ਮੈਨੂੰ ਉਹ ਤੋਂ ਦੂਰ ਨਾ ਕਰ, ਮੇਰੀ ਬੱਚੀ ਲਿਆ ਦੇ ਮੈਨੂੰ। ਰਹਿਣਾ ਰਹਿ ਜਾਣਾ ਜਾ, ਇਹ ਗੱਲ ਨੂੰ ਭੁੱਲ ਜਾ, ਹੁਣ ਨਹੀਂ ਮਿਲਦੀ ਉਹ ਤੈਨੂੰ। ਮੇਰੀ ਬੱਚੀ ਪਤਾ ਨਹੀਂ ਕਿਸ ਹਾਲ 'ਚ।